ਅੱਜ ਆਪਾਂ ਕਪਾਹ ਦੇ ਪਾਣੀ ਤੇ ਗੱਲ ਕਰਾਂਗੇ ਕਿ ਕਪਾਹ ਨੂੰ ਪਾਣੀ ਕਦੋਂ ਲਗਾਉਣਾ ਚਾਹੀਦਾ ਵਾ ਇਹ ਦੋ ਤਿੰਨ ਨਿਸ਼ਾਨੀਆਂ ਵਾ ਜਦੋਂ ਪਾਣੀ ਕਪਾਹ ਮੰਗਦੀ ਆ ਇੱਕ ਤਾਂ ਇਹ ਤੁਹਾਡੀ ਵੈਰਾਈਟੀ ਤੇ ਵੀ ਵੇਖਿਆ ਜਾਂਦਾ ਕਿ ਵੈਰਾਈਟੀ ਪਾਣੀ ਜ਼ਿਆਦਾ ਮੰਗਦੀ ਆ ਜਾਂ ਘੱਟ ਮੰਗਦੀ ਆ ਉਹ ਵੈਰਾਈਟੀ ਤੇ ਵੀ ਮੌਨਸਰ ਹੁੰਦਾ ਪਾਣੀ ਦਾ ਲਗਣਾ ਦੂਸਰਾ ਤੁਹਾਡੀ ਜ਼ਮੀਨ ਵੀ ਆ ਅਗਰ ਜ਼ਮੀਨ ਤੁਹਾਡੀ ਰੇਤਲੀ ਆ ਕਰ ਲਾਠੀ ਆ ਤੇ ਫਿਰ ਵੀ ਪਾਣੀ ਜਲਦੀ ਮੰਗੇਗੀ ਤੇ ਬਾਕੀ ਆਮ ਰੂਟੀਨ ਜਿਹਨੇ ਚੀਜ਼ਾਂ ਨਜ਼ਰ ਆ ਰਹੀਆਂ ਵਾ ਕਟ ਦੇ ਖੇਤ ਵਿੱਚ ਉਹ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਤੁਸੀਂ ਚੈੱਕ ਕਰਕੇ ਇਹਦੀ ਕਮੀ ਦੂਰ ਕਰ ਸਕਦੇ ਆ ਕਿਉਂਕਿ ਅਗਰ ਜ਼ਿਆਦਾ ਸੁੱਕਾ ਲੱਗ ਜਾਵੇ ਫਿਰ ਵੀ ਫਲ गिर ਜਾਂਦਾ ਵਾ ਅਗਰ ਜ਼ਿਆਦਾ ਪਾਣੀ ਲੱਗਦਾ ਰਹੇ ਤੇ ਫਿਰ ਵੀ ਕਾਟਣ ਹੁੰਦਾ ਕੱਦ ਅੱਲਾ ਕਿ ਸਾਨੂੰ ਇੱਕ ਹੋਰ ਬੜੀ ਆਦਤ ਆ ਅਸੀਂ ਗੁਆਣੇ ਲੇ ਵੇਖਣਾ ਵਾ ਕਿ ਗੁਆਣੇ ਦੀ ਤੱਕਰ ਕਪਾਹ ਆ ਜਾਂ ਕੋਈ ਫਸਲ ਆ ਕਪਾਹ ਦੇ ਤੁਸੀਂ ਲਾਓ ਕਿ ਕਪਾਹ ਬੜੀ ਕੱਦ ਵੱਧ ਵਧ ਰਿਹਾ ਉਹਦਾ ਕਿ ਅਸੀਂ ਉਦੋਂ ਦੇ ਲੇ ਵੇਖਣਾ ਯਾਰ ਉਹਨਾਂ ਦਾ ਕੱਦ ਵੱਧ ਗਿਆ ਨਹੀਂ ਆਪਾਂ ਕੱਦ ਨਹੀਂ ਵਧਾਣਾ ਆਪਾਂ ਪੈਦਾਵਾਰ ਲੈਣੀ ਆ ਤੁਸੀਂ ਉਹਨਾਂ ਦਾ ਨੇ ਵੇਖੋ ਤੁਸੀਂ ਆਪਦੀ ਜਿਹੜੀ ਸਿਸਟਮ ਆ ਪਾਣੀ ਦਾ ਖਾਦ ਦਾ ਉਸ ਪਲਾਨ ਨਾਲ ਚੱਲੋ ਤਾਂ ਕਿ ਜਿਹੜਾ ਤੁਹਾਡੀ ਪੈਦਾਵਾਰ ਅੱਛੀ ਆ ਸਾਡਾ ਚੈਨਲ ਤੁਸੀਂ ਸਬਸਕ੍ਰਾਈਬ ਕਰੋ ਔਰ ਬੈਲ ਆਈਕਨ ਦਬਾਓ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਬਰ ਬਰ ਪਹੁੰਚ ਜਾਵੇ ਦੋ ਤਿੰਨ ਚੀਜ਼ਾਂ ਤੁਸੀਂ ਕਿ ਪਾਦੀਆਂ ਚੈੱਕ ਕਰਨੀਆਂ ਵਾ ਤੁਸੀਂ 8:30 ਤੋਂ 9 ਦੇ ਬਜੇ ਦਰਮਿਆਨ ਜਿਹੜਾ ਚੱਕਰ ਲਾਜ਼ਮੀ ਲਾਓ 9 ਵਜੇ ਉਦੋਂ ਵੇਖੋ ਕਿ ਜਿਹੜੇ ਕਾਟਣ ਦੇ ਪੱਤੇ ਆ ਉਹ ਸੋਕਾ ਦੇ ਨਹੀਂ ਮਨਾਰੇ ਪੌਦੇ ਜਿਹੜੇ ਸੋਕਾ ਦੇ ਨਹੀਂ ਮਨਾਰੇ ਕਿਉਂਕਿ 9 ਵਜੇ ਅਗਰ ਤੁਹਾਡੇ ਪੌਦੇ ਕਾਟਣ ਦੇ ਸੁੱਕਾ ਮਨਾ ਰਿਹਾ ਤੇ ਫਿਰ ਪਾਣੀ ਦੀ ਜ਼ਰੂਰਤ ਆ ਅਗਰ ਦੁਪਹਿਰ ਨੂੰ 2-3 ਵਜੇ ਹਲਕਾ ਫੁਲਕਾ ਮਹਿਸੂਸ ਹੋ ਰਿਹਾ ਤੇ ਫਿਰ 2 ਦਿਨ ਨਿਕਲ ਜਾਣਗੇ ਤੇ ਕੋਈ ਮਸਲਾ ਨਹੀਂ ਅਗਰ 9 ਵਜੇ ਸੁੱਕਾ ਮਨਾ ਰਿਹਾ ਤੇ ਫਿਰ ਪਾਣੀ ਲਾਉਣਾ ਬੜਾ ਜ਼ਰੂਰੀ ਹੋ ਜਾਂਦਾ ਵਾ ਇੱਕ ਗੱਲ ਦੂਸਰੀ ਗੱਲ ਇਹ ਜਿਹੜਾ ਪੌਦਾ ਵਾ ਇਹਦਾ ਜਿਹੜੇ ਇਹ ਗੰਡ ਦਾ ਫਾਸਲਾ ਹੁੰਦਾ ਵਾ ਇਹ ਗੰਡ ਦਾ ਫਾਸਲਾ ਬਿਲਕੁਲ ਠੀਕ ਹੈ ਕਿਉਂਕਿ ਇਹਦਾ ਕੱਲ ਲੱਗਿਆ ਹੋਇਆ ਪਾਣੀ ਨੂੰ ਅਗਰ ਇਹਦਾ ਫਾਸਲਾ ਜ਼ਿਆਦਾ ਹੋ ਰਿਹਾ ਵਾ ਤੇ ਫਿਰ ਜਾਨੀ ਕਿ ਜ਼ਾਦ ਪਾਣ ਦੀ ਜ਼ਰੂਰਤ ਨਹੀਂ ਹੈਗੀ ਅਗਰ ਇਹਦਾ ਫਾਸਲਾ ਘੱਟ ਹੋ ਰਿਹਾ ਵਾ ਤੇ ਫਿਰ ਵੀ ਇਹਦੀ ਪਾਣ ਦੀ ਜ਼ਰੂਰਤ ਆ ਕਿਉਂਕਿ ਇਹ ਦੇ ਜਿਸ ਤਰ੍ਹਾਂ ਦੀ ਗੰਡ ਦਾ ਫਾਸਲਾ ਘੱਟ ਹੋਏਗਾ ਤੇ ਇਹਦਾ ਸੁਕਾ ਮਨਾਉਂਦਾ ਮਤਲਬ ਵੀ ਸ਼ੁਰੂ ਹੋ ਜਾਏਗਾ ਨਾਲ ਹੀ ਤੇ ਫਲ ਦਾ ਕੇਰਾ ਸ਼ੁਰੂ ਹੋ ਜਾਏਗਾ ਤੇ ਅਗਰ ਗੰਡ ਦਾ ਅਮਲ ਜਿਹੜਾ ਇਹਦਾ ਗੰਠ ਦਾ ਪਰ ਜਿਹੜਾ ਇਹਦਾ ਜ਼ਿਆਦਾ ਹੋਏਗਾ ਫਾਸਲਾ ਤੇ ਫਿਰ ਵੀ ਪਾਣ ਦੀ ਜ਼ਰੂਰਤ ਨਹੀਂ ਹੈਗੀ ਦੂਸਰੀ ਤੀਸਰੀ ਗੱਲ ਜਿਹੜੀ ਆ ਤੁਸੀਂ ਵੇਖੋ ਕਿ ਇਹ ਜਿਸ ਤਰ੍ਹਾਂ ਗੰਦਲ ਹੁੰਦੀ ਆ ਸਾਧ ਹੀ ਆਪਾਂ ਗੰਦਲ ਆ ਆਪਾਂ ਇਸ ਤਰ੍ਹਾਂ ਤੋੜਦੇ ਆ ਅਗਰ ਤੱਕ ਡਾਕਰ ਕੇ ਟੁੱਟੀ ਆ ਤੇ ਇਹ ਠੀਕ ਹੈ ਪਾਣੀ ਦੀ ਜ਼ਰੂਰਤ ਨਹੀਂ ਹੈਗੀ ਅਗਰੇ ਤੋੜਨ ਲੱਗਿਆ ਥੋੜੀ ਜਿ ਫਿਸ ਗਈ ਆ ਫਿਸ ਗਈ ਆ ਤੇ ਫਿਰ ਇਹਦਾ ਪਾਣੀ ਦਾ ਜ਼ਰੂਰੀ ਹੁੰਦਾ ਬਲਾਉਣਾ ਕਿਉਂਕਿ ਜਿਹੜਾ ਫਲ ਦਾ ਕੇੜਾ ਫਿਰ ਗਰਮੀ ਦੀ ਵਜ੍ਹਾ ਨਾਲ ਬਹੁਤ ਜ਼ਿਆਦਾ ਕਿਰਨਾ ਸ਼ੁਰੂ ਹੋ ਜਾਂਦਾ ਹੈ